ਓਨਟਾਰੀਓ 'ਚ ਹੋਣ ਜਾ ਰਹੀਆਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਤੇ ਇਸੇ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਵੀ ਕਾਫੀ ਤੇਜ਼ ਕਰ ਦਿੱਤਾ ਹੈ। ਜੇਕਰ ਗੱਲ ਕਰੀਏ ਬ੍ਰੈਂਪਟਨ ਸਾਊਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਐਮਪੀਪੀ ਪ੍ਰਭਮੀਤ ਸਿੰਘ ਸਰਕਾਰੀਆ ਦੀ ਤਾਂ ਉਹ ਫਿਰ ਤੋਂ ਚੋਣ ਮੈਦਾਨ ਵਿੱਚ ਨੇ ਤੇ ਉਹਨਾਂ ਵੱਲੋਂ ਬੀਤੇ ਦਿਨੀ ਆਪਣੀ ਇਲੈਕਸ਼ਨ ਕੰਪੇਨ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਉਹਨਾਂ ਨੂੰ ਹਲਕਾ ਵਾਸੀਆਂ ਦਾ ਕਾਫੀ ਸਹਿਯੋਗ ਵੀ ਮਿਲ ਰਿਹਾ ਹੈ। ਇਸ ਮੌਕੇ ਸਰਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਥ ਦੇਣ ਤਾਂ ਕਿ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਰੰਤਰ ਜਾਰੀ ਰਹੇ। We're here today at our campaign launch for Brampton South. ਅਸੀਂ ਖੁਦ ਪੀ ਸੀ ਪਾਰਟੀ ਦੇ ਐਮ ਪੀ ਪੀ ਖੜ੍ਹੇ ਹੈਗੇ ਹਾਂ ਜੀ, ਫਿਰ ਇਲੈਕਸ਼ਨ ਵਾਸਤੇ ਕੈਂਡੀਡੇਟ ਅਤੇ ਬੇਨਤੀ ਕਰਦੇ ਹਰ ਇੱਕ ਨੂੰ, ਜਿਵੇਂ ਕਿ ਪਿਛਲੇ 4 ਸਾਲ ਤੁਸੀਂ ਸਾਨੂੰ ਮੌਕਾ ਦਿੱਤਾ ਜੀ ਇਲੈਕਟ ਕਰਕੇ, ਆਉਣ ਵਾਲੇ 4 ਸਾਲਾਂ ਦੇ ਵਿੱਚ ਜੋ ਅਸੀਂ ਬ੍ਰੈਂਪਟਨ ਲਈ ਕੰਮ ਕੀਤੇ ਹੈਗੇ, ਨਵਾਂ ਹਾਸਪਿਟਲ ਲਿਆਉਣ ਦੇ ਵਿੱਚ, ਨਵੀਂ ਰਾਇਰਸਨ ਮੈਡੀਕਲ ਯੂਨੀਵਰਸਿਟੀ ਅਤੇ ਖਾਸ ਕਰਕੇ ਹਾਈਵੇ 413, ਜਿਸ ਦਾ ਸਾਡੀ ਗਵਰਨਮੈਂਟ ਦਾ ਫੋਕਸ ਹੈਗਾ ਜੀ ਇਕਾਨਮੀ ਨੂੰ ਸਟਰੋਂਗ ਰੱਖਣ ਲਈ, ਨਵੀਆਂ ਇਨਵੈਸਟਮੈਂਟਸ, ਰੋਡਸ, ਹਾਈਵੇਜ਼ ਬਿਲਡ ਕਰਨ ਦੇ ਲਈ, ਇਹ ਸਾਡੀ ਇਕਾਨਮੀ ਵਾਸਤੇ ਬਹੁਤ ਇੰਪੋਰਟੈਂਟ ਹੈਗਾ ਜੀ। ਸੋ ਅਸੀਂ ਚਾਹੁੰਦੇ ਹੈਗੇ ਹਾਂ ਵੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਹਾਈ ਪੇਇੰਗ ਜੋਬਸ ਹੋਣ, ਚਾਹੇ ਨਵੀਂ ਇਨਵੈਸਟਮੈਂਟਸ ਹੋਣ ਇੱਥੇ ਆਨਟਰੀਓ ਦੇ ਵਿੱਚ, ਉਸ ਡਗ ਫੋਰ ਦੀ ਸਰਕਾਰ ਸਾਡੀ ਪੋਲਿਸੀਜ਼ ਜਿਹੜੀਆਂ ਹੈਗੀਆਂ ਉਹ ਇੱਥੇ ਲਿਆ ਸਕਦੀਆਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਰੱਖਦੇ ਹਾਂ ਜਿਨ੍ਹਾਂ ਨੇ ਸਾਨੂੰ 4 ਸਾਲ ਮੌਕਾ ਦਿੱਤਾ ਸੀਗਾ ਪਹਿਲਾਂ, ਅਗਲੇ 4 ਸਾਲਾਂ ਦਾ ਵੀ ਉਹ ਜ਼ਰੂਰ ਮੌਕਾ ਦੇਣਗੇ। ਪਿਛਲੇ 4 ਸਾਲਾਂ ਦੇ ਵਿੱਚ ਜੋ ਕਮਿਟਮੈਂਟ ਦਿੱਤੀ ਗਈ ਹੈ ਜੀ ਬ੍ਰੈਂਪਟਨ ਦੇ ਨਵੇਂ ਹਾਸਪਿਟਲ ਦੀ, ਜੋ ਕਿ ਲੰਬੇ ਸਮੇਂ ਤੋਂ ਇਗਨੋਰ ਕੀਤਾ ਜਾ ਰਿਹਾ ਸੀਗਾ ਬ੍ਰੈਂਪਟਨ ਨੂੰ, ਉਸ ਦੇ ਵਿੱਚ ਤਕਰੀਬਨ 350 ਹੋਰ ਨਵੇਂ ਬੈੱਡ ਜਿਹੜੇ ਲੱਗਣਗੇ, 24-hour ਐਮਰਜੈਂਸੀ ਰੂਮ ਕੇਅਰ ਹੋਣਗੇ। ਪਹਿਲੀ ਵਾਰ 100 ਈਅਰਸ ਦੇ ਵਿੱਚ ਵੀ ਨਵਾਂ GTA ਦੇ ਵਿੱਚ ਇੱਕ ਮੈਡੀਕਲ ਸਕੂਲ ਜਿਹੜਾ ਉਹ ਖੁੱਲੂਗਾ, ਉਹ ਇੱਥੇ ਬ੍ਰੈਂਪਟਨ ਦੇ ਵਿੱਚ ਰਾਇਰਸਨ ਮੈਡੀਕਲ ਸਕੂਲ ਜਿਹੜਾ ਹੈਗਾ ਉਹ ਖੁੱਲ ਰਿਹਾ। ਉਸ ਦੇ ਵਿੱਚ ਆਪਣੇ ਤਕਰੀਬਨ 170 ਨਿਊ ਡਾਕਟਰਸ ਐਵਰੀ ਸਿੰਗਲ ਈਅਰ ਇੱਥੋਂ ਗ੍ਰੈਜੂਏਟ ਹੋਣਗੇ। ਸੋ ਅਸੀਂ ਉਹ ਦੋ ਚੀਜ਼ਾਂ ਜਿਹੜੀਆਂ ਤਰੱਕੀਆਂ ਹੈਗੀਆਂ, ਇੱਕ ਨਵਾਂ ਹਾਈਵੇ 413 ਦੀ ਕਮਿਟਮੈਂਟ ਜਿਹੜੀ ਸੀ ਪਿਛਲੇ ਗਵਰਨਮੈਂਟ ਵੱਲੋਂ ਕੈਂਸਲ ਕੀਤੀ ਗਈ ਸੀਗੀ, ਉਹਨੂੰ ਵਾਪਸ ਲਿਆਉਣ ਦੇ ਲਈ, ਉਹਨੂੰ ਉਹਦੀ ਬਿਲਡਿੰਗ ਦੀ ਤਿਆਰੀ ਲਈ ਉਹ ਵੀ ਅਸੀਂ ਸ਼ੁਰੂਆਤ ਕਰ ਦਿੱਤੀ। ਅਤੇ ਖਾਸ ਕਰਕੇ ਲੌਂਗ ਟਰਮ ਕੇਅਰ ਹੋਮ ਜਿਹੜੇ ਸਾਡੇ ਸੀਨੀਅਰਸ ਵਾਸਤੇ ਬਹੁਤ ਜ਼ਰੂਰੀ ਹੈਗੇ ਆ, ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਜਿਹੜਾ ਲੌਂਗ ਟਰਮ ਕੇਅਰ ਹੋਮ ਆ, ਅਸੀਂ ਸ਼ੁਰੂਆਤ ਉਹਦੀ ਕੀਤੀ ਆ ਅਤੇ ਉਹਨਾਂ ਨੂੰ ਨਾਲ ਦੀ ਨਾਲ ਚਲਾਈ ਜਾ ਰਹੇ ਹਾਂ। ਸੋ ਸਾਨੂੰ ਇਹੀ ਉਮੀਦ ਹੈਗੀ ਆ ਵੀ ਜਿੱਥੇ ਹੈਲਥ ਕੇਅਰ, ਹੋਰ ਜਿਹੜੀ ਇਨਫਰਾਸਟ੍ਰਕਚਰ ਬਿਲਡ ਕਰਨ ਦੀ ਅਸੀਂ ਤਿਆਰੀ ਕੀਤੀ, ਅਸੀਂ ਨਾਲ ਦੀ ਨਾਲ ਜੋਬਸ ਵੀ ਬਹੁਤ ਵਧੀਆ ਬ੍ਰੈਂਪਟਨ ਲਈ ਲਿਆਂਦੀਆਂ। ਤਕਰੀਬਨ $1 billion ਦੀ ਪਿਛਲੇ ਮੰਡੇ ਅਨਾਊਂਸ ਹੋਇਆ ਸੀ ਵੀ ਸਟਲੈਂਟਿਸ ਜਿਹੜੀ ਕੰਪਨੀ ਹੈਗੀ ਉਹ ਇੱਥੇ ਇਲੈਕਟ੍ਰਿਕ ਵਹੀਕਲ ਕ੍ਰਾਈਸਲਰ ਵੱਲੋਂ ਬਣਾਇਆ ਕਰੂਗੀ। $1 billion ਦੀ ਜੋਬ, $1 billion ਦੀ ਇਨਵੈਸਟਮੈਂਟ ਇੱਥੇ ਬ੍ਰੈਂਪਟਨ 'ਚ ਹੋ ਰਹੀ ਹੈ ਜੀ। ਅਖੀਰ ਦੇ ਵਿੱਚ ਅਸੀਂ ਹਰ ਇੱਕ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਪਿਛਲੇ 4 ਸਾਲ ਸਾਨੂੰ ਇਹ MPP ਚੁਣ ਕੇ ਕੁਈਨਸ ਪਾਰਕ ਭੇਜਿਆ। ਆਉਣ ਵਾਲੇ 4 ਸਾਲਾਂ ਦੇ ਜੋ ਅਸੀਂ ਕੰਮ ਕੀਤੇ ਉਹਨਾਂ ਨੂੰ ਕੰਟੀਨਿਊ ਕਰਨ ਦੇ ਲਈ ਅਸੀਂ ਹਰ ਇੱਕ ਨੂੰ ਉਮੀਦ ਰੱਖਦੇ ਹਾਂ ਵੀ ਉਹ ਸਾਨੂੰ ਫਿਰ ਵੋਟ ਪਾ ਕੇ ਉੱਥੇ ਕੁਈਨਸ ਪਾਰਕ ਭੇਜੂਗੇ।